ਉਹ ਕੈਨੇਡਾ ਰਹਿੰਦਿਆਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਗੋਰਿਆਂ ਦੀ ਭਾਸ਼ਾ ਟੁੱਟੇ ਫੁੱਟੇ ਢੰਗ ਸਾਰਨ ਜੋਗੀ ਸਿੱਖ ਗਈ ਸੀ। ਨਾ ਕੀਤੋ ਤੇ ਪੂਰਾ ਨਾ ਕੁਲਵਿੰਦਰ ਕੌਰ, ਨਾਲ ਕੰਮ ਕਰਦੀਆਂ ਗੋਰੀਆਂ ਉਹਨੂੰ ਕੈਮ ਕਹਿੰਦੀਆਂ, ਪਰ ਜਦੋਂ ਵੀ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਜਾਂ ਪੰਜਾਬ ਤੋਂ ਆਇਆ ਕੋਈ ਉਹਨੂੰ ਕੁਲਵਿੰਦਰ ਭੈਣ ਜੀ ਕਹਿ ਕੇ ਬੁਲਾਉਂਦਾ ਤਾਂ ਉਹਦਾ ਮਨ ਸਕੂਨ ਨਾਲ ਭਰ ਜਾਂਦਾ। ਪਰ ਇਹ ਵੀ ਕਿਵੇਂ ਨਾ ਆਪਦੀ ਭਾਸ਼ਾ ਨਾਲੋਂ ਕਿਤੇ ਟੁੱਟਿਆ ਜਾਂਦਾ। ਦੋ ਜਵਾਕ ਹੋਏ ਜਮਾਂ ਗੋਰਿਆਂ ਵਰਗੇ, ਜਿਨ੍ਹਾਂ ਦੇ ਬੁੱਲਾਂ ਤੋਂ ਅੰਗਰੇਜ਼ੀ ਤਿਲਕ ਤਿਲਕ ਜਾਂਦੀ। ਇੱਕ ਮੁੰਡਾ CA ਲੱਗਾ ਅਤੇ ਦੂਜਾ ਡਾਕਟਰ ਬਣ ਗਿਆ। ਕਈ ਸਾਲਾਂ ਬਾਅਦ ਉਹ ਜਵਾਕਾਂ ਨੂੰ ਜ਼ੋਰ ਪਾ ਪਹਿਲੀ ਵਾਰ ਪੰਜਾਬ ਲੈ ਆਈ ਕਿ ਤੁਹਾਡਾ ਵਿਆਹ ਪੰਜਾਬ ਕਰਨ ਦੀ ਇੱਛਾ ਏ। ਜਵਾਕਾਂ ਦੀ ਪਹਿਲੀ ਸ਼ਰਤ ਹੀ ਇਹ ਰੱਖੀ ਕਿ ਅਸੀਂ ਜਿਸ ਕੁੜੀ ਨਾਲ ਵਿਆਹ ਕਰਵਾਵਾਂਗੇ ਉਸ ਨਾਲ ਮਹੀਨਾ ਘੁੰਮਾਂ ਫਿਰਾਂਗੇ ਅਤੇ ਜਾਣ ਕੇ ਫਿਰ ਹੀ ਵਿਆਹ ਕਰਾਵਾਂਗੇ। ਕਈ ਰਿਸ਼ਤੇ ਦੇਖੇ ਪਰ ਕਿਤੇ ਗੱਲ ਬਣਦੀ ਨਾ ਦਿਸੀ। ਗਰਾਰੀ ਨਾਲ ਘੁੰਮਣ ਫਿਰਨ 'ਤੇ ਅੜ ਜਾਂਦੀ। ਇੱਕ ਥਾਵੇਂ ਵੱਡੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਅਤੇ ਘਰਦਿਆਂ ਨੇ ਵੀ ਨਾਲ ਘੁੰਮਣ ਫਿਰਨ ਦੀ ਹਾਮੀ ਭਰ ਦਿੱਤੀ। ਦਿਨ ਮਿਥਿਆ ਗਿਆ ਅਤੇ ਕੁੜੀ ਮੁੰਡੇ ਨੂੰ ਮਿਲੀ, ਪਰ ਨਾਲ ਉਸਦਾ ਪਿਓ ਵੀ ਆਇਆ ਸੀ। ਕਿਸੇ ਨੇ ਕਿਸੇ ਨਾਲ ਕੋਈ ਖਾਸ ਗੱਲ ਨਾ ਕੀਤੀ। ਹੱਥ ਫੜਨ ਦੀ ਕੋਸ਼ਿਸ਼ ਕਰਦਾ ਤਾਂ ਕੁੜੀ ਦਾ ਪਿਓ ਅੱਖਾਂ ਕੱਢ ਦਿੰਦਾ। ਉਹ ਡਰ ਕੇ ਪਰਾਂ ਹੋ ਜਾਂਦਾ। ਅਗਲੇ ਦਿਨ ਹੀ ਉਸਨੇ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਕਿ ਇੱਥੋਂ ਦੇ ਲੋਕ ਸਪੇਸ ਦਾ ਮਤਲਬ ਹੀ ਨਹੀਂ ਸਮਝਦੇ, ਜਿੱਥੇ ਜੀ ਕਰਦਾ ਮੂੰਹ ਚੁੱਕ ਕੇ ਨਾਲ ਤੁਰ ਪੈਂਦੇ ਆ। ਕੀਤੋ ਨੂੰ ਇਹ ਸਭ ਗੱਲਾਂ ਔੜ ਨਹੀਂ ਲੱਗਦੀਆਂ ਕਿਉਂਕਿ ਉਸ ਨਾਲ ਵਿਆਹ ਵੇਲੇ ਐਵੇਂ ਹੀ ਹੋਇਆ ਸੀ। ਮੁੰਡੇ ਵਾਲਿਆਂ ਨੇ ਕੱਪੜੇ ਬਣਾਉਣ ਬਹਾਨੇ ਨਾਲ ਇੱਕ ਦੋ ਵਾਰ ਬੁਲਾਇਆ ਤਾਂ ਭੂਆ ਚਾਚੀ ਪਿਓ ਭਰਾ ਭੈਣਾਂ ਸਾਰੇ ਨਾਲ ਤੁਰ ਪੈਂਦੇ ਸੀ। ਕੀਤੋ ਦਾ ਘਰ ਵਾਲਾ ਵੀ ਉਦੋਂ ਇੰਜ ਹੀ ਖਿੱਚਦਾ ਸੀ ਕਿ ਆਪਾਂ ਨੂੰ ਇਕੱਲਿਆਂ ਨੂੰ ਨਹੀਂ ਛੱਡਿਆ ਗੱਲ ਕਰਨ ਲਈ। ਕੀਤੋ ਗੱਲ ਨਾ ਬਣਦੀ ਦੇ ਕੈਨੇਡਾ ਵਾਪਸ ਆ ਗਈ ਅਤੇ ਉਹਨਾਂ ਨੂੰ ਕਿਹਾ ਕਿ ਜਿੱਥੇ ਮਰਜ਼ੀ ਕਰਾ ਲਓ। ਮੁੰਡਿਆਂ ਨੇ ਗੋਰੀਆਂ ਨਾਲ ਵਿਆਹ ਕਰਾ ਲਏ। ਦੋਵੇਂ ਮੁੰਡੇ ਅਲੱਗ ਅਲੱਗ ਰਹਿਣ ਲੱਗ ਪਏ। ਨਵਾਂ ਕਦੇ ਕਦੇ ਕੀਤੋ ਨੂੰ ਮਿਲਣ ਆਉਂਦੀਆਂ, ਫਰਾਟੇਦਾਰ ਅੰਗਰੇਜ਼ੀ ਬੋਲਦੀਆਂ ਤਾਂ ਕੀਤੋ ਜੈਸ ਨੂੰ ਕਰ ਛੱਡਦੀ। ਉਸਦੀ ਰੀਸ ਸੀ ਕਿ ਮੁੰਡਿਆਂ ਦੇ ਘਰ ਪੰਜਾਬੀ ਨੌਵਾਂ ਆਉਂਦੀਆਂ ਜਿਨ੍ਹਾਂ ਨਾਲ ਉਹ ਪੰਜਾਬੀ 'ਚੋਂ ਦੁੱਖ ਸੁੱਖ ਕਰਦੀ ਅਤੇ ਆਪਦੇ ਵਿਛੜਿਆਂ ਦੇ ਕਿੱਸੇ ਸੁਣਾਉਂਦੀ। ਕੀਤੋ ਦਾ ਘਰ ਵਾਲੇ ਦੀ ਐਕਸੀਡੈਂਟ 'ਚੋਂ ਮੌਤ ਹੋ ਗਈ। ਕੀਤੋ ਇਕੱਲੀ ਰਹਿੰਦੀ, ਪਾਠ ਕਰਦੀ ਅਤੇ ਕਦੇ ਕਦੇ ਆਪਦੀਆਂ ਸਹੇਲੀਆਂ ਨਾਲ ਪਾਰਕ 'ਚੋਂ ਘੁੰਮਣ ਚਲੀ ਜਾਂਦੀ। ਹੁਣ ਮੁੰਡੇ ਸਾਲ ਬਾਅਦ ਘਰ ਗੇੜਾ ਮਾਰਦੇ ਅਤੇ ਕਦੇ ਕਦੇ ਸਾਲ ਤੋਂ ਉੱਪਰ ਵੀ ਟਾਈਮ ਲੰਘ ਜਾਂਦਾ। ਕੀਤੋ ਨੇ ਕਦੇ ਆਪਦੇ ਆਪ ਨੂੰ ਡੋਲਣ ਨਹੀਂ ਸੀ ਦਿੱਤਾ। ਜਿੰਦਾ ਦਿਲ ਹੋ ਕੇ ਜ਼ਿੰਦਗੀ ਜਿਉਣ ਦਾ ਪਰਨ ਜੋ ਲਿਆ ਸੀ, ਜਦੋਂ ਆਪਦਾ ਆਪ ਸੰਭਾਲਦਾ ਨਾ ਦਿਸਿਆ ਤਾਂ ਉਹ ਓਲਡ ਏਜ ਹੋਮ 'ਚੋਂ ਚਲੀ ਗਈ ਜਿੱਥੇ ਉਹਦਾ ਬਹੁਤਾ ਦਿਲ ਲੱਗਣ ਲੱਗਾ। ਉਹ ਰੋਜ਼ ਲਿਪਸਟਿਕ ਲਗਾਉਂਦੀ, ਨੇਲ ਪਾਲਿਸ਼ ਲਗਾਉਂਦੀ ਅਤੇ ਬਿੰਦੀ ਲਾ ਕੇ ਆਪਦੇ ਆਪ ਨੂੰ ਕਿੰਨਾ ਟਾਈਮ ਸ਼ੀਸ਼ੇ 'ਚੋਂ ਨਿਹਾਰਦੀ ਰਹਿੰਦੀ। ਉਹਦੇ ਸੂਟ ਮਹੀਨੇ ਬਾਅਦ ਇੰਡੀਆ ਤੋਂ ਉਸੇ ਬੁਟੀਕ ਤੋਂ ਬਣ ਕੇ ਕੋਰੀਅਰ ਹੋ ਕੇ ਓਲਡ ਏਜ ਹੋਮ ਆਉਂਦੇ ਅਤੇ ਕਦੇ ਕਦੇ ਉਹ ਆਨਲਾਈਨ ਵੀ ਔਡਰ ਕਰਦੀ, ਸੋਸ਼ਲ ਮੀਡੀਆ ਵਰਤਦੀ ਅਤੇ ਤਿਆਰ ਹੋ ਕੇ ਆਪਦੀ ਰੋਜ਼ ਫੋਟੋ ਪੋਸਟ ਕਰਦੀ। ਉਸਦੇ ਮੁੰਡੇ ਵੀ ਤਾਂ ਸਵੇਰੇ ਉੱਠ ਕੇ ਉਸਦੀ ਇੰਸਟਾ ਵਾਲੀ ਫੋਟੋ ਸਟੇਟਸ ਦੇਖ ਕੇ ਨਿਸ਼ਚਿਤ ਹੁੰਦੇ ਕਿ ਉਹ ਠੀਕ ਹੈ, ਜਿਉਂਦੀ ਹੈ। ਓਲਡ ਏਜ ਹੋਮ ਜਦ ਉਹ ਆਪਦੀ ਮਾਂ ਨੂੰ ਮਿਲਣ ਆਉਂਦੇ ਤਾਂ ਮੇਕਅਪ ਦਾ ਸਮਾਨ ਉਸਨੂੰ ਦੇ ਜਾਂਦੇ। 4-5 ਸਾਲ ਇੰਜ ਚੱਲਿਆ ਅਤੇ ਫਿਰ ਮੁੰਡਿਆਂ ਦਾ ਆਉਣਾ ਜਾਣਾ ਬੰਦ ਹੋ ਗਿਆ। ਸ਼ਾਇਦ ਉਹ ਵੀ ਆਪਦੇ ਬਾਲ ਬੱਚਿਆਂ 'ਚ ਰੁੱਝ ਗਏ। ਇੱਕ ਦਿਨ ਸਵੇਰੇ ਜਦ ਉਸਦਾ ਮੁੰਡਾ ਉੱਠਿਆ ਤਾਂ ਇੰਸਟਾ 'ਤੇ ਆਪਦੀ ਮਾਂ ਦੀ ਚਿੱਟੇ ਕੱਪੜੇ 'ਚੋਂ ਲਿਪਟੀ ਅੱਖਾਂ ਬੰਦ ਵਾਲੀ ਤਸਵੀਰ ਦੇਖੀ ਅਤੇ ਜਿਸ 'ਤੇ RIP ਲਿਖਿਆ ਹੋਇਆ। ਮੁੰਡੇ ਨੇ ਅੱਖਾਂ ਮਲਦੇ ਨੇ ਉਹ ਤਸਵੀਰ ਆਪਦੇ ਦੂਜੇ ਭਰਾ ਨੂੰ ਭੇਜੀ ਅਤੇ ਕਿਹਾ ਕਿ ਅੱਜ ਮਾਂ ਨੂੰ ਮਿਲਣ ਚੱਲਦੇ ਹਾਂ। ਦੋਨੋਂ ਜਦ ਓਲਡ ਏਜ ਹੋਮ ਪੁੱਜੇ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਕੀਤੋ ਤਾਂ ਪੂਰੀ ਹੋ ਗਈ ਸੀ ਅਤੇ ਉਸਦਾ ਸੰਸਕਾਰ ਵੀ ਉਸਦੀ ਮਰਜ਼ੀ ਅਨੁਸਾਰ
ਪੁੱਤਾਂ ਨੂੰ ਬਿਨਾਂ ਦੱਸੇ ਹੀ ਕਰ ਦਿੱਤਾ ਸੀ ਅਤੇ ਫੋਟੋ ਪਾਉਣ ਦੀ ਹਦਾਇਤ ਉਸਨੇ ਸਾਂਭਣ ਵਾਲੀ ਨਰਸ ਨੂੰ ਦਿੱਤੀ ਸੀ ਜਿਸ ਨੂੰ ਉਹਨੇ ਆਪਦਾ ਫੋਨ ਅਤੇ ਆਈ ਡੀ ਦਾ ਪਾਸਵਰਡ ਦੱਸ ਦਿੱਤਾ ਸੀ। ਮੁੰਡੇ ਸਾਰੀ ਘਟਨਾ ਸੁਣ ਕੇ ਸ਼ਰਮਿੰਦਾ ਹੋਏ ਅਤੇ ਖਾਲੀ ਹੱਥੀ ਘਰ ਪਰਤ ਗਏ ਕਿਉਂਕਿ ਉਸ ਦੀਆਂ ਅਸਥੀਆਂ ਨੂੰ ਪੈਕ ਕਰ ਇੰਡੀਆ ਭੇਜ ਦਿੱਤਾ ਗਿਆ। ਜ਼ਿੰਦਗੀ ਨਾਲ ਖਿੱਚ ਤੋਂ ਕਰ ਉਹ ਆਪਦੀ ਮਿੱਟੀ 'ਚੋਂ ਰਲ ਗਈ ਸੀ। ਫਿਰ ਮਿਲਦਿਆਂ ਇੱਕ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਰੱਬ ਰੱਖ।